ਜਦੋਂ ਮੈਂ ਪਿਛਲੇ ਬੰਨੇ ਅੰਦਰ ਦੀ ਆਇਆ ਵਾਂ, ਕੋਈ ਵੀ ਤਾਲਾ ਮਤਲਬ ਸਾਰੇ ਰਸੋਈ ਦੇ ਬੀਬੀ ਜੀ ਹੁਣਾਂ ਦਾ ਜਿਹੜਾ ਮੇਨ ਬੈਡਰੂਮ ਉਹਦਾ, ਸਾਡੇ ਦਫ਼ਤਰ ਦਾ ਜਿਹੜਾ ਅਸੀਂ ਦਫ਼ਤਰ ਯੂਜ਼ ਕਰਦੇ ਹਾਂ, ਸਾਰੇ ਤਾਲੇ ਟੁੱਟੇ ਹੋਏ ਸੀ। ਤੁਸੀਂ ਦੱਸ ਰਹੇ ਸਾਡੇ ਕੋਲ ਦੱਸਿਆ ਨਹੀਂ ਕਿਸੇ ਤੁਸੀਂ ਦੱਸ ਰਹੇ ਸਾਡੇ ਕੋਲ ਦੱਸਿਆ ਨਹੀਂ ਕਿਸੇ ਇਹ ਕਹਾਵਤ ਹੈ ਕਿ ਤਾਲੇ ਸਾਧਾਂ ਲਈ ਹੁੰਦੇ ਨੇ, ਨਾ ਕਿ ਚੋਰਾਂ ਲਈ। ਇਹ ਬਿਲਕੁਲ ਫਿੱਟ ਬਹਿੰਦੀ ਹੈ, ਕਿਉਂਕਿ ਚੋਰ ਹਰੇਕ ਤਾਲਾ ਤੋੜਨ ਅਤੇ ਹਰੇਕ ਘਰ ਨੂੰ ਸੰਨ ਲਗਾਉਣ ਵਿੱਚ ਸਮਰੱਥ ਹੁੰਦੇ ਨੇ। ਘਰ ਭਾਵੇਂ ਕਿਸੇ ਮੰਤਰੀ ਦਾ ਹੋਵੇ ਜਾਂ ਕਿਸੇ ਆਮ ਆਦਮੀ ਦਾ, ਤਾਲਾ ਤੋੜ ਗਰੋਹ ਆਪਣਾ ਕੰਮ ਬਾਖੂਬੀ ਕਰ ਜਾਂਦਾ ਹੈ। ਸਾਬਕਾ ਵਿੱਤ ਮੰਤਰੀ ਉਪਿੰਦਰਜੀਤ ਕੌਰ ਦੇ ਵੀ ਘਰ ਚੋਰੀ ਹੋ ਗਈ। ਕਿਸੇ ਵੇਲੇ ਪੰਜਾਬ ਦੇ ਖਜ਼ਾਨੇ ਦੀ ਵਾਂਗਡੋਰ ਸਾਂਭਣ ਵਾਲੀ ਸਾਬਕਾ ਵਿੱਤ ਮੰਤਰੀ ਦੇ ਘਰ ਦਾ ਖਜ਼ਾਨਾ ਚੋਰ ਲੁੱਟਣ ਵਿੱਚ ਕਾਮਯਾਬ ਹੋ ਗਏ। ਉਹ ਆਪਣੇ ਘਰ ਨੂੰ ਦਫ਼ਤਰ ਦੇ ਤੌਰ 'ਤੇ ਇਸਤੇਮਾਲ ਕਰਦੇ ਨੇ ਅਤੇ ਪਿਛਲੇ ਇੱਕ ਮਹੀਨੇ ਦੌਰਾਨ ਇੱਥੇ 3 ਵਾਰ ਚੋਰੀ ਹੋ ਚੁੱਕੀ ਹੈ। ਅੱਜ ਸਵੇਰੇ ਕਰੀਬ 10 ਅਸੀਂ 11 ਕੁ ਵਜੇ ਮੈਂ ਬਾਹਰਲਾ ਤਾਲਾ ਖੋਲਿਆ ਜੀ ਆਣ ਕੇ। ਜਦੋਂ ਮੈਂ ਪਿਛਲੇ ਬੰਨੇ ਅੰਦਰ ਦੀ ਆਇਆ ਵਾਂ, ਕੋਈ ਵੀ ਤਾਲਾ ਮਤਲਬ ਸਾਰੇ ਰਸੋਈ ਦੇ ਬੀਬੀ ਜੀ ਹੁਣਾਂ ਦਾ ਜਿਹੜਾ ਮੇਨ ਬੈਡਰੂਮ ਉਹਦਾ, ਸਾਡੇ ਦਫ਼ਤਰ ਦਾ ਜਿਹੜਾ ਅਸੀਂ ਦਫ਼ਤਰ ਯੂਜ਼ ਕਰਦੇ ਹਾਂ, ਸਾਰੇ ਤਾਲੇ ਟੁੱਟੇ ਹੋਏ ਸੀ। ਇਹ ਲਗਭਗ 3 ਕੁ ਮਹੀਨੇ ਪਹਿਲਾਂ ਵੀ ਇੱਦਾਂ ਹੀ ਹੋਇਆ ਸੀਗਾ ਅਤੇ ਲਗਭਗ ਕਈ ਵਾਰ ਮਤਲਬ ਇੱਥੇ ਕੋਠੀ ਆਣ ਕੇ ਕੁਛ ਸਾਡੀ ਟੂਟੀ ਖੋਲ੍ਹ ਕੇ ਲੈ ਜਾਂਦਾ, ਕਦੀ ਬਹੁਤ ਮਤਲਬ ਨੁਕਸਾਨ ਕਰਦੇ ਆ ਸਾਡਾ, ਕਈ ਵਾਰੀ ਹੋ ਚੁੱਕਿਆ ਜੀ। ਅੱਜ ਤਾਂ ਆਣ ਕੇ ਪੂਰਾ ਅਤੇ ਪ੍ਰੋਪਰ ਨਹੀਂ ਅਸੀਂ ਦੱਸ ਸਕਦੇ ਕੀ ਅਸੀਂ ਬਤੌਰ ਦਫ਼ਤਰ ਵਰਤਨੇ, ਹੋ ਸਕਦਾ ਸਾਡਾ ਕੋਈ ਡਾਕੂਮੈਂਟ ਵੀ ਗਿਆ ਹੋਵੇ, ਹੋਰ ਵੀ ਸਾਡਾ ਨਿੱਜੀ ਜਿੱਦਾਂ ਬੀਬੀ ਜੀ ਦੀ ਇੱਕ ਪਰਸਨਲ ਅਲਮਾਰੀ ਆ ਅੰਦਰ, ਉਹਦੇ ਤਾਲੇ ਟੁੱਟੇ ਹੋਇਆ, ਇਹ ਤਾਂ ਬੀਬੀ ਜੀ ਦੇਖ ਕੇ ਦੱਸ ਸਕਦੇ ਆ ਵੀ ਕੀ ਉਹਦੇ 'ਚੋਂ ਸਮਾਨ ਚੋਰੀ ਹੋ ਸਕਦਾ। ਪੁਲਿਸ ਨੂੰ ਇਸ ਚੋਰੀ ਬਾਰੇ ਸ਼ਿਕਾਇਤ ਦਿੱਤੀ ਗਈ, ਪਰ ਪੁਲਿਸ ਦਾ ਕਹਿਣਾ ਹੈ ਕਿ ਇਸ ਸੰਬੰਧੀ ਉਹਨਾਂ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ। ਇਸ ਸੰਬੰਧ 'ਚ ਅਜੇ ਤਾਂ ਮੈਨੂੰ ਤਾਂ ਕੋਈ ਦਰਖਾਸਤ ਬਾਰੇ ਨੌਲੇਜ ਨਹੀਂ, ਨਾ ਦਰਖਾਸਤ ਆਈ ਹੈ। ਇਹ ਤੁਸੀਂ ਦੱਸ ਰਹੇ ਸਾਡੇ ਕੋਲ ਕੋਈ ਦੱਸਿਆ ਨਹੀਂ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਫੋਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। ਫੋਰ ਆਲ ਲੇਟੈਸਟ ਨੋਟੀਫਿਕੇਸ਼ਨ, ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ।